ਉਹ ਸਾਹਿਬ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਔਰ ਉਸਦਾ ਸਿੰਘਾਸਨ, ਉਸਦਾ ਅਸਥਾਨ ਵੀ ਬਹੁਤ ਉੱਚਾ ਹੈ। ਉੱਚੇ ਉਪਰ ਉੱਚਾ ਨਾਮ, ਉੱਚਿਆਂ ਤੋਂ ਵੀ ਉੱਚਾ ਹੈ ਉਸਦਾ ਨਾਮਣਾ, ਉਸਦੀ ਹਸਤੀ, ਉਹਦਾ ਸਨਮਾਨ, ਉਸਦੇ ਗੁਣ, ਉਹਦੀ ਧੀਰਜਤਾ ਉੱਚਿਆਂ ਤੋਂ ਵੀ ਉੱਚੀ ਹੈ। ਜਗਤ ਵਿੱਚ ਜੋ ਉੱਚੇ ਨੇ, ਉੱਚੇ ਗਿਣੇ ਜਾਂਦੇ ਨੇ ਕਈ, ਧਨ ਕਰਕੇ, ਪਦ ਕਰਕੇ, ਪ੍ਰਤਿਸ਼ਠਾ ਕਰਕੇ, ਗਿਆਨ ਕਰਕੇ, ਵਿਗਿਆਨ ਕਰਕੇ ਜੋ ਉੱਚੇ ਗਿਣੇ ਜਾਂਦੇ ਨੇ। ਸਾਹਿਬ ਕਹਿੰਦੇ ਨਹੀਂ, ਇਹ ਉੱਚੇ ਉੱਚੇ ਨਹੀਂ ਨੇ, ਉੱਚੇ ਉਪਰ ਉੱਚਾ ਨਾਉ। ਜਗਤ ਦੀਆਂ ਤਮਾਮ ਉਚਾਈਆਂ ਤੋਂ ਉੱਚਾ ਹੈ ਪਰਮਾਤਮਾ ਦਾ ਨਾਮਣਾ, ਉਸਦੀ ਹਸਤੀ, ਉਹਦੀ ਸਿਫਤੋ ਸਲਾਹ। ਏਵਡ ਉੱਚਾ ਹੋਵੇ ਕੋਏ, ਹੁਣ ਇੰਨਾ ਕੋਈ ਉੱਚਾ ਹੋਵੇ ਕਿਤਨਾ, ਜਿਤਨਾ ਕਿ ਪਰਮਾਤਮਾ ਆਪ ਹੈ, ਜਿਤਨਾ ਕਿ ਅਕਾਲ ਪੁਰਖ ਆਪ ਹੈ, ਇਤਨਾ ਕੋਈ ਉੱਚਾ ਹੋਵੇ। ਤਿਸ ਉੱਚੇ ਕੋ ਜਾਣੇ ਸੋਏ, ਤਾਂ ਹੀ ਫਿਰ ਉਸ ਉੱਚੇ ਨੂੰ, ਉਸ ਪਰਮਾਤਮਾ ਨੂੰ ਕੋਈ ਜਾਣੇ ਕਿ ਉਹ ਬਈ ਕਿੰਨਾ ਕੁ ਉੱਚਾ ਹੈ। ਤੇ ਸਾਹਿਬ ਕਹਿੰਦੇ ਤਿਸ ਕਾ ਸ੍ਰੀ ਕੋ ਨਾਹੀ ਨਾ ਕੋ ਕੰਟਕ ਵੈਰਾਈ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਉਸ ਵਰਗਾ ਹੋਰ ਕੋਈ ਵੀ ਨਹੀਂ। ਅਗਰ ਪਰਮਾਤਮਾ ਦਾ ਸ਼ਰੀਕ ਮੰਨ ਲਈਏ ਤਾਂ ਫਿਰ ਪਰਮਾਤਮਾ ਦੋ ਨੇ, ਇੱਕ ਨਹੀਂ ਨੇ। ਤੇ ਦੋ ਤੇ ਦੁਬਦਾ ਆਉਂਦੀ ਹੈ, ਦੋ ਤੇ ਸੰਸਾਰ ਹੈ, ਇੱਕ ਨਿਰੰਕਾਰ ਹੈ। ਜਿੱਥੇ ਦੋ ਹਿੰਸਾ ਸ਼ੁਰੂ ਹੋਇਆ ਉੱਥੇ ਸੰਸਾਰ ਸ਼ੁਰੂ ਹੋਇਆ। ਇੱਕ ਨਿਰੰਕਾਰ ਹੈ, ਇੱਕ ਪਰਮਾਤਮਾ ਹੈ। ਦੋ ਤਿੰਨ ਚਾਰ ਪੰਜ, ਇਹ ਤੇ ਸੰਸਾਰ ਹੈ, ਇਹ ਤੇ ਜਗਤ ਹੈ। ਇਸ ਵਾਸਤੇ ਕਹਿੰਦੇ ਨੇ ਜਗਤ ਦੇ ਉੱਤੇ ਦੁਬਦਾ ਹੀ ਦੁਬਦਾ ਹੈ, ਦੋ ਨੇ। ਪਰ ਇਹ ਸਾਰੀ ਦੁਬਦਾ, ਇਹ ਸਾਰਾ ਸੰਸਾਰ ਕਿਸੇ ਇੱਕ ਦੇ ਆਸਰੇ ਤੇ ਖੜਾ, ਉਹ ਇੱਕ ਐਸਾ ਜਿਹਦੇ ਮੁਕਾਬਲੇ ਤੇ ਦੂਸਰਾ ਨਹੀਂ ਹੈ। ਅਸੀਂ ਜਗਤ ਦੇ ਵਿੱਚ ਇੱਕ ਦੇ ਮੁਕਾਬਲੇ ਤੇ ਦੂਸਰਾ ਲੱਭ ਸਕਦੇ ਹਾਂ। ਇੱਕ ਧਨਵਾਨ ਹੈ, ਉਹਦੇ ਮੁਕਾਬਲੇ ਤੇ ਦੂਸਰਾ ਵੀ ਧਨਵਾਨ ਹੈ। ਇੱਕ ਵਪਾਰੀ ਹੈ ਵੱਡਾ, ਉਹਦੇ ਮੁਕਾਬਲੇ ਤੇ ਦੂਸਰਾ ਵੀ ਵੱਡਾ ਵਪਾਰੀ ਹੈ। ਇੱਕ ਗਿਆਨੀ ਹੈ, ਉਹਦੇ ਮੁਕਾਬਲੇ ਤੇ ਦੂਸਰਾ ਵੀ ਕੋਈ ਹੋਰ ਗਿਆਨੀ ਹੈ। ਇੱਕ ਕਵੀ ਹੈ, ਇੱਕ ਦਾਰਸ਼ਨਿਕ ਹੈ, ਇੱਕ ਫਿਲਾਸਫਰ ਹੈ, ਇੱਕ ਸੰਗੀਤਕਾਰ ਹੈ, ਚਿੱਤਰਕਾਰ ਹੈ, ਮੂਰਤੀਕਾਰ ਹੈ। ਉਹਨਾਂ ਦੇ ਮੁਕਾਬਲੇ ਦੇ ਉੱਤੇ ਦੂਸਰੇ ਲਭੇ ਜਾ ਸਕਦੇ ਨੇ। ਸੰਸਾਰ ਦੇ ਤਲ ਤੇ ਆਖਦੇ ਨੇ ਖਲਾ ਨਹੀਂ ਰਹਿੰਦੀ, ਅਗਰ ਇੱਕ ਰੁਖਸਤ ਹੋ ਜਾਏ ਦੂਸਰਾ ਆ ਜਾਂਦਾ, ਮੌਜੂਦ ਹੈ, ਦੂਸਰਾ ਮੌਜੂਦ ਹੈ। ਲੇਕਿਨ ਇਹ ਨਿਯਮ ਪਰਮਾਤਮਾ ਦੇ ਤਲ ਤੇ ਲਾਗੂ ਨਹੀਂ ਆਉਂਦਾ ਕਿ ਉਸ ਵਰਗਾ ਕੋਈ ਹੋਰ ਵੀ ਹੈ। ਇਸ ਵਾਸਤੇ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਤੇ ਆਦਿ ਕਾਲ ਤੋਂ ਕਿਹਾ ਹੈ, ਉਹ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਉਹਦੀ ਕੋਈ ਬਰਾਬਰੀ ਕਰਨ ਵਾਲਾ ਨਹੀਂ। ਤੋ ਸਾਹਿਬ ਕਹਿੰਦੇ ਨੇ ਏਵਡ ਉੱਚਾ ਹੋਵੇ ਕੋਏ, ਇੰਨਾ ਕੋਈ ਉੱਚਾ ਹੋਵੇ ਜਿਤਨਾ ਕਿ ਪਰਮਾਤਮਾ ਆਪ ਹੈ। ਤਿਸ ਉੱਚੇ ਕੋ ਜਾਣੇ ਸੋਏ, ਤਾਂ ਹੀ ਫਿਰ ਉਸ ਉੱਚੇ ਪਰਮਾਤਮਾ ਨੂੰ ਉਹ ਜਾਣੇ ਕਿ ਉਹ ਕਿੰਨਾ ਕੁ ਹੈ। ਤੋ ਇਸ ਤਰ੍ਹਾਂ ਕੋਈ ਵੀ ਨਹੀਂ ਜਾਣ ਸਕੇਗਾ, ਕਿਉਂ? ਕੋਈ ਉਸਦਾ ਸ਼ਰੀਕ ਹੀ ਨਹੀਂ, ਕੋਈ ਉਸਦੀ ਬਰਾਬਰੀ ਕਰਨ ਵਾਲਾ ਹੀ ਨਹੀਂ। ਜੇਵਡ ਆਪ ਜਾਣੇ ਆਪ ਆਪ, ਜੇਵਡ ਆਪ ਜਿੰਨਾ ਕਿ ਉਹ ਆਪ ਹੈ, ਉਹ ਕਿੰਨਾ ਕੁ ਹੈ ਜਾਣੇ ਆਪ ਆਪ, ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਹੈ। ਇਸ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਨਾਨਕ ਨਦਰੀ ਕਰਮੀ ਦਾਤ, ਤਰ੍ਹਾਂ ਤਰ੍ਹਾਂ ਦੀਆਂ ਦਾਤਾਂ, ਸੁੱਖ ਆਰਾਮ ਆਨੰਦ ਜੋ ਮਿਲਦੇ ਨੇ ਜਗਤ ਵਿੱਚ। ਮਹਾਰਾਜ ਕਹਿੰਦੇ ਨੇ ਇਹ ਨਦਰ ਤੇ ਕਰਮ, ਕਰਮ ਤੋਂ ਮੁਰਾਦ ਬਖਸ਼ਿਸ਼, ਨਦਰੀ ਨਿਗਾਹ, ਰਹਿਮਤ ਦੀ ਨਿਗਾਹ ਨਾਲ, ਉਹਦੀ ਬਖਸ਼ਿਸ਼ ਦੀ ਨਿਗਾਹ ਨਾਲ ਹੀ ਸਾਰੀਆਂ ਦਾਤਾਂ ਦੀ
ਪ੍ਰਾਪਤੀ ਹੁੰਦੀ ਹੈ। ਲਿਹਾਜ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅੰਤ ਪਾਉਣ ਦੀ ਕੋਸ਼ਿਸ਼ ਛੱਡ ਦੇ, ਉਹਦੀ ਨਿਗਾਹ ਹੈ ਕਰਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰ। ਤੂੰ ਉਹਨੂੰ ਨਾਪਣਾ ਤੇ ਤੋਲਣਾ ਛੱਡ ਦੇ, ਉਹਦੀ ਬਖਸ਼ਿਸ਼ ਦਾ ਪਾਤਰ ਬਣ। ਤੂੰ ਉਸ ਦੀਆਂ ਨਜ਼ਰਾਂ ਤੋਂ ਉੱਚਾ ਉੱਠਣਾ ਛੱਡ ਦੇ, ਤੂੰ ਉਸ ਦੀਆਂ ਨਜ਼ਰਾਂ ਦੇ ਥੱਲੇ ਆ, ਉਹਦੀ ਨਿਗਾਹ ਦੇ ਥੱਲੇ ਆ। ਦਰਅਸਲ ਉਸ ਦੀ ਨਿਗਾਹ ਤੋਂ ਉੱਚਾ ਉੱਠਣਾ ਹੈ ਵੀ ਬੜੀ ਔਖੀ ਗੱਲ, ਬਹੁਤ ਔਖੀ ਗੱਲ ਹੈ। ਇਸ ਵਾਸਤੇ ਅਸੀਂ ਦੇਖਦੇ ਹਾਂ, ਕੋਈ ਬੰਦਾ ਬੰਦਿਆਂ ਦੀ ਨਿਗਾਹ ਤੋਂ ਤੇ ਉੱਚਾ ਉੱਠ ਸਕਦਾ ਹੈ, ਲੇਕਿਨ ਰੱਬ ਦੀ ਨਿਗਾਹ ਤੋਂ ਉੱਚਾ ਉੱਠਣਾ ਬੜੀ ਔਖੀ ਗੱਲ ਹੈ। ਹਾਂ, ਬੰਦੇ ਯਤਨ ਕਰ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ, ਲੇਕਿਨ ਯਤਨ ਕਰ ਰੱਬ ਦੀ ਨਿਗਾਹ ਦੇ ਥੱਲੇ ਆਉਣ ਦੀ, ਪਰਮਾਤਮਾ ਦੀ ਨਜ਼ਰਾਂ ਦੇ ਥੱਲੇ ਆਉਣ ਦੀ। ਇਸ ਵਾਸਤੇ ਸਾਹਿਬ ਕਹਿੰਦੇ, ਨਾਨਕ ਨਦਰੀ ਕਰਮੀ ਦਾਵਤ। ਹੋ ਸਕਦਾ ਜਦ ਤੂੰ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠੇ ਤੈਨੂੰ ਮਾਣ ਸਨਮਾਨ ਮਿਲੇ, ਪਰ ਧਾਰਮਿਕ ਦੁਨੀਆਂ ਦਾ ਪਰਮ ਆਨੰਦ ਤੇ ਉਦੋਂ ਨਸੀਬ ਹੋਵੇਗਾ ਜਦ ਪ੍ਰਭੂ ਦੀ ਨਿਗਾਹ ਦੇ ਥੱਲੇ ਆਵੇਗਾ, ਉਹਦੀ ਨਜ਼ਰਾਂ ਦੇ ਥੱਲੇ ਆਵੇਗਾ। ਉਹਦੀ ਨਜ਼ਰਾਂ ਵਿੱਚ ਅੰਮ੍ਰਿਤ ਹੈ, ਉਹਦੀ ਨਿਗਾਹ ਵਿੱਚ ਦਾਤਾਂ ਨੇ, ਉਹਦੀ ਨਿਗਾਹ ਵਿੱਚ ਬਖਸ਼ਿਸ਼ ਹੈ, ਉਹਦੀ ਨਿਗਾਹ ਵਿੱਚ ਕੋਮਲਤਾ ਹੈ। ਉਹਦੇ ਵੇਖਦਿਆਂ ਹੀ ਮਨੁੱਖ ਦੀ ਝੋਲੀ ਦਾਤਾਂ ਨਾਲ ਭਰ ਜਾਂਦੀ ਹੈ। ਇਸ ਵਾਸਤੇ ਸਾਹਿਬ ਕਹਿੰਦੇ, ਨਾਨਕ ਨਦਰੀ ਕਰਮੀ ਦਾਤ। ਇਸ ਪੌੜੀ ਦੀ ਇਹ ਮੂਲ ਪੰਕਤੀ ਇਹ ਕਹਿ ਰਹੀ ਹੈ, ਅੰਤ ਪਾਉਣ ਦੀ ਕੋਸ਼ਿਸ਼ ਨਾ ਕਰ, ਨਾਪਣ ਤੋਲਣ ਦੀ ਕੋਸ਼ਿਸ਼ ਨਾ ਕਰ। ਉਹ ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਖਤਮ ਹੁੰਦਾ, ਇਸ ਚੱਕਰ ਵਿੱਚ ਨਾ ਪਾਓ, ਬਲਕਿ ਐਸਾ ਯਤਨ ਕਰ, ਬੰਦਗੀ ਕਰ, ਜੋਦੜੀ ਕਰ ਕਿ ਤੂੰ ਉਸਦੀ ਨਿਗਾਹ ਦੇ ਥੱਲੇ ਆ ਜਾਏ, ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏ ਤੇ ਤੇਰੇ ਮਨ ਦੀ ਝੋਲੀ ਰੱਬੀ ਗੁਣਾਂ ਨਾਲ ਭਰ ਜਾਏ, ਔਰ ਇਸ ਢੰਗ ਨਾਲ ਤੂੰ ਫੈਜ਼ਯਾਬ ਹੋਵੇਂ।